ਤੇ ਵੇਖਦੇ ਇਹਨੂੰ ਨਾ ਥੋੜ੍ਹਾ ਮੋਡੀਫਾਈ ਕਰਵਾਉਂਦੇ ਆ। ਚਲੋ ਬਹੁਤ ਬਹੁਤ ਵਧਾਈਆਂ ਤੁਹਾਨੂੰ, ਪਿਆ ਉਸਤਾਦ ਹੁਣੀ ਸ਼ੋਪ ਖੋਲ੍ਹ ਲਏ ਆਪਣੀ। ਐਂ ਲੱਤਾਂ ਕਰਕੇ ਬੈਠਾ ਹੈ, ਫੋਨ ਕੀਤਾ ਕਿ ਨਹੀਂ ਸਹੀ। ਹੈਲੋ, ਹਾਂਜੀ, ਕਿੱਦਾਂ, ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਬਹੁਤ ਬਹੁਤ ਸਵਾਗਤ ਆਪਣੇ ਚੈਨਲ ਦੀ ਨਵੀਂ ਵੀਡੀਓ 'ਤੇ। ਆਪਾਂ ਆਪਣੇ ਕਰਦੇ ਹਾਂ ਵਲੌਗ ਸਟਾਰਟ, ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰ ਲਓ ਲਾਈਕ ਅਤੇ ਬੈੱਲ ਆਈਕਨ ਦਬਾਉਣਾ ਨਾ ਭੁੱਲਣਾ। ਹੁਣ ਆਪਾਂ ਆਏ ਸੀਗੇ ਔਫਿਸ ਤੋਂ, ਚੱਲਦੇ ਹਾਂ ਹੁਣ ਆਪਾਂ ਜਿੰਮ, ਫਿਰ ਉਸ ਤੋਂ ਬਾਅਦ ਦੇਖਦੇ ਹਾਂ। ਥੋੜ੍ਹੀ ਜਿਹੀ ਬੀਅਰ ਵੀ ਸੈੱਟ ਕਰਵਾਉਣੀ ਹੈ ਅਤੇ ਆਪਾਂ ਮੁੱਛਾਂ ਰੱਖੀਆਂ ਸੀਗੀਆਂ ਅਤੇ ਕਾਫੀ ਜਗ੍ਹਾ ਨੇ ਕਹਿਤਾ ਕਿ ਬਈ ਕਾਫੀ ਏਜਡ ਲੱਗਦਾ ਵਾ, 30-35 ਸਾਲ ਦਾ ਲੱਗਦਾ। ਫਿਰ ਆਪਾਂ ਮੁੱਛਾਂ ਵੀ ਵੇਖਦੇ ਹਾਂ ਜਿਵੇਂ ਪਹਿਲਾਂ ਸੀਗੀਆਂ, ਆਪਾਂ ਉਵੇਂ ਕਰਵਾ ਲੈਂਦੇ ਹਾਂ ਅਤੇ ਫਿਰ ਉਸ ਤੋਂ ਬਾਅਦ ਵੇਖਦੇ ਹਾਂ ਕੀ ਹਿਸਾਬ ਕਿਤਾਬ ਹੈ ਬਈ ਕੀ। ਪਹਿਲਾਂ ਮੈਂ ਫਿਲਹਾਲ ਸੋਚ ਰਿਹਾ ਬਾਈਕ ਥੋੜ੍ਹੀ ਮੋਟੀ ਮੋਡੀਫਾਈ ਕਰਵਾਉਣ ਦਾ। ਰਿਮ ਵੀ ਪੇਂਟ ਕਰਵਾਉਣੇ ਸੀ, ਉਹ ਵੀ ਕੰਮ ਵਿੱਚ ਰਹਿ ਗਿਆ। ਸ਼ਾਇਦ ਇਸ ਸੰਡੇ ਆਪਾਂ ਰਿਮ ਪੇਂਟ ਕਰਵਾਈਏ। ਪਹਿਲਾਂ ਪੇਂਟ ਲੈ ਕੇ ਆਉਣਾ ਪੈਣਾ, ਫਿਰ ਆਪਾਂ ਰਿਮ ਪੇਂਟ ਕਰਵਾਵਾਂਗੇ। ਸ਼ਨੀਵਾਰ ਆਪਾਂ ਪੇਂਟ ਲਿਆਵਾਂਗੇ ਅਤੇ ਫਿਰ ਉਸ ਤੋਂ ਬਾਅਦ ਵੇਖ ਲਾਂਗੇ ਐਤਵਾਰ ਨੂੰ ਜਦੋਂ ਟਾਈਮ ਲੱਗਿਆ ਤਾਂ ਆਪਾਂ ਪੇਂਟ ਕਰਵਾ ਲਾਂਗੇ। ਅਤੇ ਫਿਲਹਾਲ ਆਪਾਂ ਚੱਲਦੇ ਜਿੰਮ ਅਤੇ ਫਿਰ ਉਸ ਤੋਂ ਬਾਅਦ ਵੇਖਦਾ ਕੀ ਪਲੈਨ ਆਪਣਾ। ਅਤੇ ਵੋਲਫ ਆਪਣੀ ਖੜੀ ਆ ਬਾਹਰ ਹੀ। ਆ ਗਏ ਆਪਾਂ ਆਪਣੀ ਵੋਲਫ 'ਤੇ ਅਤੇ ਵੇਖਦੇ ਇਹਨੂੰ ਨਾ ਥੋੜ੍ਹਾ ਮੋਡੀਫਾਈ ਕਰਵਾਉਂਦੇ ਆ। ਕਿੰਨਾ ਟਾਈਮ ਹੋ ਗਿਆ ਇਹਨੂੰ ਥੋੜ੍ਹਾ ਜਿਹਾ ਨਾ ਹੀ ਧੋਂਦੇ ਆ, ਚੱਜ ਤਰ੍ਹਾਂ ਟਾਈਮ ਹੀ ਨਹੀਂ ਮਿਲਦਾ। ਸੰਡੇ ਆ, ਪਾਲਸ ਦੇ ਵਿੱਚ ਬੱਸ ਰਹਿੰਦੇ ਹਾਂ। ਹੁਣ ਉਹਦੇ ਕੋਲ ਮੋਟਰ ਨਾਟ ਵਾਲੇ ਕੋਲ ਜਾ ਕੇ ਆਉਂਦਾ ਬਈ ਕਰੂਗਾ ਕੁਛ ਕਿ ਨਹੀਂ, ਜੇ ਟਾਈਮ ਹੋਇਆ ਤਾਂ ਕਰਵਾ ਲਾਂਗੇ। ਬਾਈਕ ਮੈਂ ਉੱਥੇ ਛੱਡ ਦੂੰਗਾ, ਉਹਨੂੰ ਸਮਝਾ ਦੂੰਗਾ ਜੇ ਥੋੜ੍ਹਾ ਮੋਟ ਜੋ ਵੀ ਮੇਰੇ ਮਾਈਂਡ ਦੇ ਵਿੱਚ ਆਈਡੀਆ ਹੈਗਾ ਥੋੜ੍ਹਾ ਬਹੁਤ, ਜੇ ਕਰ ਦੂੰਗਾ ਤਾਂ ਆਪਾਂ ਫਿਰ ਜਿੰਮ ਤੋਂ ਬਾਅਦ ਚੱਕ ਲਾਂਗੇ ਇਹਨੂੰ। ਸੰਡੇ ਰਿਮ ਪੇਂਟ ਕਰਵਾ ਹੀ ਲਵਾਂਗੇ, ਸ਼ਾਇਦ ਦੋਨੋਂ ਰਿਮ ਕਰਵਾਵਾਂ ਪੇਂਟ, ਬਾਕੀ ਮੌਕੇ 'ਤੇ ਪਤਾ ਲੱਗੂ ਬਈ ਇੱਕ ਕਰਵਾਉਂਦੇ ਹਾਂ ਕਿ ਦੋਨੋਂ ਕਰਵਾਉਂਦੇ ਹਾਂ। ਲਓ ਜੀ, ਪਹੁੰਚ ਚੁੱਕੇ ਹਾਂ ਮੋਟਰ ਨਾਟ ਵਾਲੇ ਕੋਲ, ਬਿੱਟੂ ਕੋਲ। ਕਿਵੇਂ ਆ, ਠੀਕ ਹੈ, ਕੀ ਬਣਦਾ, ਕਰੀ ਨਾ ਹਾਲੇ ਤੂੰ ਫ੍ਰੀ ਆ? ਜਿੰਮ ਤਾਂ ਅੱਜ ਕੈਂਸਲ ਹੋ ਗਈ, ਮੋਟਰ ਨਾਟ ਵਾਲੇ ਕੋਲੋਂ ਵੀ ਆਪਾਂ ਹੋਏ ਹਾਂ 7:30 ਫ੍ਰੀ। ਅਤੇ ਹੁਣ ਮੈਂ ਘਰ ਦੁੱਧ ਦੇ ਕੇ ਆ ਗਿਆ ਅਤੇ ਹੁਣ ਆਪਾਂ ਚੱਲੇ ਹਾਂ ਲਵਪ੍ਰੀਤ ਕੋਲ ਸ਼ੋਪ 'ਤੇ। ਮੋਬਾਈਲ ਦਿੱਤਾ ਸੀ ਉਹਨੂੰ ਸਹੀ ਕਰਵਾਉਣ ਵਾਸਤੇ, ਤਾਂ ਉਹ ਕਹਿੰਦਾ ਚੱਲ ਆ ਜਾ ਸ਼ੋਪ 'ਤੇ। ਮੈਂ ਕੱਲ੍ਹ ਦੇ ਕੇ ਆਇਆ ਸੀਗਾ ਫੋਨ, ਅਤੇ ਇੱਕ ਆਪਣੀ ਆਈਫੋਨ ਦੀ ਚਾਰਜਿੰਗ ਕੇਬਲ ਹੈ, ਤਾਂ ਇੱਕ ਸਾਈਡ ਤੋਂ ਚਾਰਜ ਕਰਦੀ ਆ ਅਤੇ ਦੂਜੀ ਸਾਈਡ ਤੋਂ ਨਹੀਂ ਚਾਰਜ ਕਰਦੇ। ਫਿਰ ਜਦੋਂ ਚਾਰਜ ਲਾਉਂਦੇ ਹਾਂ ਨਾ ਤਾਂ ਕਈ ਵਾਰੀ ਚਾਰਜ ਨਹੀਂ ਕਰਦੇ, ਫਿਰ ਸਾਈਡ ਬਦਲਣੀ ਪੈਂਦੀ ਆ, ਤਾਂ ਉਹ ਵੀ ਆਪਾਂ ਸਹੀ ਕਰਵਾ ਲਿਆਵਾਂਗੇ, ਸਾਫ਼ ਵਗੈਰਾ ਕਰਾ ਲਿਆਵਾਂਗੇ। ਕੋਈ ਕਾਰਪਨ ਵਗੈਰਾ ਜੰਮ ਗਿਆ ਹੋਣਾ ਅਤੇ ਸਹੀ ਵਗੈਰਾ ਕਰਾ ਲਿਆਵਾਂਗੇ। ਅਤੇ ਬਾਕੀ ਵੇਖਦੇ ਹਾਂ, ਜਿੰਮ ਤਾਂ ਅੱਜ ਆਪਾਂ ਗਏ ਨਹੀਂ ਗੇ ਅਤੇ ਹੁਣ ਆਪਾਂ ਕੀ ਕਰਨਾ ਵਾ। ਕੁਛ ਖਾਣ ਪੀਣ ਦਾ ਮੂਡ ਹੈਗਾ ਪਰ ਪੇਟ ਵਧਿਆ ਪਿਆ, ਇਸ ਕਰਕੇ ਆਪਾਂ ਰਾਤੀ ਕੁਛ ਖਾਂਦੇ ਪੀਂਦੇ ਨਹੀਂ ਗੇ। ਰੋਟੀ ਵੀ ਮੈਂ ਸਿਰਫ 2 ਹੀ ਖਾਂਦਾ ਵਾਂ। ਬਾਕੀ ਫਿਲਹਾਲ ਆਪਾਂ ਚੱਲਦੇ ਲਵਪ੍ਰੀਤ ਕੋਲ ਸ਼ੋਪ 'ਤੇ, ਜਾ ਕੇ ਦੇਖਦੇ ਹਾਂ ਕੀ ਸਿਸਟਮ ਹੈ, ਉਹਨੇ ਫੋਨ ਸਹੀ ਕਰਤਾ ਕਿ ਨਹੀਂ ਕਰਤਾ। ਪਹੁੰਚ ਚੁੱਕੇ ਆਪਾਂ ਉਸਤਾਦ ਕੋਲ। ਕਿਵੇਂ ਆ, ਠੀਕ ਹੈ,
ਲੱਤਾਂ ਹੱਥ ਕੇ ਬੈਠਾ ਆ। ਫੋਨ ਕੀਤਾ ਕਿ ਨਹੀਂ ਸਹੀ? ਫੋਨ ਕੀਤਾ ਕਿ ਨਹੀਂ ਸਹੀ? ਬਸ ਹਾਂ ਹੁਣੀ ਮੈਂ ਫੋਨ ਕੀਤਾ ਜਸਟ। ਬਸ ਤੁਹਾਨੂੰ ਕਿਹਾ ਸੀ ਨਾ ਮੈਂ ਇੱਕ ਕੇਬਲ ਜੀ ਵੇਖ ਯਾਰ ਰੱਸੀਆਂ ਨੀ ਮੇਰੇ ਪ੍ਰੋਟੈਕਟ ਹੈਗਾ ਇਹ। ਮੈਂ ਬੀਏ ਵੀ ਸਹੀ ਕਰਵਾਉਣ ਜਾਣਾ ਸੀ, ਭੁੱਲ ਹੀ ਗਿਆ। ਮੈਂ ਉਹਨੂੰ ਫੋਨ ਕਰਤਾ ਬਬਲੂ ਨੂੰ ਤੇ ਜਾਂਦੇ ਆਪਾਂ ਉਹਦੇ ਕੋਲੇ। ਮੇਰੇ ਵੱਲ ਵੇਖੀ ਜਾਂਦਾ ਪਤਾ ਕੀ ਹੋ ਗਿਆ ਇਹਨੂੰ, ਹਿੱਲੇ ਜਾਂਦਾ ਥੋੜਾ ਜਿਹਾ ਨਾ। ਆਪਾਂ ਲਵਪ੍ਰੀਤ ਕੋਲੋਂ ਫ੍ਰੀ ਹੋ ਗਏ ਸੀਗੇ ਤੇ ਬਬਲੂ ਨੂੰ ਫੋਨ ਕੀਤਾ, ਉਹਨੇ ਕੰਮ ਛੱਡਤਾ ਤੇ ਉਹ ਕਹਿੰਦਾ ਬਾਈ ਆਪਾਂ ਆਪਣੀ ਸ਼ੋਪ ਖੋਲ੍ਹ ਰਹੇ ਹਾਂ ਤੇ ਕਹਿੰਦਾ ਗੇੜਾ ਵੀ ਮਾਰ ਦਿਓ। ਮੈਂ ਕਿਹਾ ਚਲੋ ਠੀਕ ਆ ਮੈਂ ਆਉਂਦਾ ਤੇ ਆਪਾਂ ਐਤਵਾਰ ਨੂੰ ਉਹਦੀ ਓਪਨਿੰਗ ਹੈ ਤੇ ਆਪਾਂ ਉੱਥੋਂ ਹੀ ਕੰਮ ਕਰਵਾ ਲਾਂਗੇ ਫਿਰ ਐਤਵਾਰ ਨੂੰ ਹੀ, ਅਤੇ ਨਾਲ ਆਪਾਂ ਸ਼ੋਪ ਵੀ ਵੇਖ ਆਉਂਦੇ ਹਾਂ ਵੀ ਬਣਾ ਰਿਹਾ ਵਾ ਉਹ। ਅਤੇ ਆਹ ਬਾਈ ਦੀ ਸ਼ੋਪ ਹੈ ਜੋ ਤਿਆਰ ਹੋ ਰਹੀ ਹੈ। ਇੱਥੋਂ ਤੱਕ ਆਪਣੀ ਦੁਕਾਨ ਆ। ਅੱਛਾ ਇੱਥੇ ਵੇਟਿੰਗ ਰੂਮ ਆ। ਓਕੇ ਇੱਥੇ ਸਾਹਮਣੇ ਐਲਸੀ ਵੀ ਲੱਗਿਆ ਨਹੀਂ ਇੱਥੇ। ਠੀਕ ਆ ਇੱਥੇ ਕੱਲ ਇੱਥੇ ਫਲੈਸ਼ ਲੱਗਿਆ ਨੇ ਇੱਥੇ। ਓਕੇ 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 ਸ਼ੀਸ਼ਿਆ ਉੱਥੇ ਕਾਊਂਟਰ ਆ। ਓਕੇ ਚਲੋ ਬਹੁਤ ਬਹੁਤ ਵਧਾਈਆਂ ਤੁਹਾਨੂੰ ਅਤੇ ਆਹ ਉਸਤਾਦ ਹੁਣੀ ਸ਼ੋਪ ਖੋਲ੍ਹ ਲਏ ਆਪਣੀ ਅਤੇ ਤਿਆਰ ਹੋਊਗੀ ਐਤਵਾਰ ਨੂੰ ਆਪਣੀ ਲਗਾ। ਹਾਂ ਬਈ ਐਤਵਾਰ ਆਪਣੀ। ਓਕੇ 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 ਚਲੋ ਬਹੁਤ ਵਧੀਆ। ਓਕੇ 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 ਕੰਮ ਪੂਰਾ ਓਕੇ ਆ। ਹੁਣ ਆਪਾਂ ਚੱਲੇ ਹਾਂ ਘਰੇ ਅਤੇ ਹੁਣ ਐਤਵਾਰ ਨੂੰ ਆਪਾਂ ਬੀਅਰ ਸੈੱਟ ਕਰਵਾਵਾਂਗੇ। ਐਤਵਾਰ ਨੂੰ ਓਪਨਿੰਗ ਆ ਨਾਲੇ। ਬਸ ਹੁਣ ਆਪਾਂ ਜਾ ਕੇ ਖਾਂਦੇ ਪੀਂਦੇ ਰੋਟੀ ਅਤੇ ਨਹਾਉਂਦੇ ਹਾਂ ਅਤੇ ਸੱਚ ਰਿੰਗ ਲਾਈਟ ਵੀ ਕਹਿੰਦਾ ਮੈਂ ਉਹਨੂੰ ਜਿਹੜਾ ਆਪਣੇ ਨਾਲ ਦਿੱਲੀ ਗਿਆ ਸੀ ਨਾ ਫੂਡ ਵਲੋਗਰ ਉਹ ਲੈ ਕੇ ਗਿਆ ਸੀਗਾ ਜਦੋਂ ਆਪਾਂ ਹਿਮਾਚਲ ਤੋਂ ਵਾਪਸ ਆਏ ਹਾਂ ਹੁਣ ਨੈਣਾ ਦੇਵੀ ਤੋਂ। ਉਦੋਂ ਰਿੰਗ ਲਾਈਟ ਲੈ ਗਿਆ ਸੀਗਾ ਕਹਿੰਦਾ ਮੈਂ ਦੇ ਜੂੰਗਾ ਕੱਲ੍ਹ ਸ਼ਾਮ ਤੱਕ ਅਤੇ ਹਲੋ ਤੱਕ ਤਾਂ ਦੇ ਕੇ ਨਹੀਂ ਗਿਆ। ਚੱਲ ਮੈਂ ਫੋਨ ਕਰਤਾ ਉਹਨੂੰ ਘਰੇ ਜਾ ਕੇ ਅਤੇ ਇਹ ਵਾਲਾ ਵਲੋਗ ਆਪਣਾ ਇੱਥੇ ਖਤਮ ਅਤੇ ਮਿਲਦਾ ਹੁਣ ਆਪਾਂ ਅਗਲੇ ਵਲੋਗ ਦੇ ਵਿੱਚ। ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰ ਲਓ ਲਾਈਕ ਅਤੇ ਬੈਲ ਆਈਕਨ ਨੂੰ ਬਣਾ ਨਾ ਭੁੱਲਣਾ। ਗੁੱਡ ਨਾਈਟ ਸਵੀਟ ਗੇਮ ਕਿੱਕ ਬਾਏ 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 ਬਾਏ। ਅਤੇ ਐਤਵਾਰ ਤੱਕ ਵੀ ਆਪਣਾ ਕਾਫੀ ਕੰਮ ਜੁੜ ਗਿਆ ਕਿਉਂਕਿ ਇਹਦੇ ਵੀਲ ਵੀ ਆਪਾਂ ਪੇਂਟ ਕਰਵਾਉਣੇ ਆ ਅਤੇ ਇਹਦੀ ਲੁੱਕ ਵੀ ਬਦਲਣੀ ਆ ਆਪਾਂ ਸਾਰੀ ਮੋਡੀਫਾਈ ਕਰਵਾਉਣਾ ਵਾ। ਅਤੇ ਇੱਕ ਆਹ ਬਾਈ ਨੇ ਬੁਲਾਇਆ ਵਾ ਕਹਿੰਦਾ ਬਾਈ ਜ਼ਰੂਰ ਆਇਓ। ਮੈਂ ਕਿਹਾ ਚਲੋ ਬਾਈ ਸ਼ੋਰ ਪੱਕਾ ਅਤੇ ਬਾਕੀ ਟਾਈਮ ਵਗੈਰਾ ਪੁੱਛ ਲਾਂਗੇ ਆਪਾਂ।